ਇਸ ਲਈ ਸਿਰਫ ਤੁਹਾਨੂੰ ਕਾਰਡਬੋਰਡ ਬਾਕਸ ਅਤੇ ਕੁਝ ਟੇਪ ਦੀ ਜ਼ਰੂਰਤ ਹੈ। ਤੁਸੀਂ 9 ਕਿਊਬਸ ਨੂੰ ਇੱਕੋ ਜਿਹੇ ਆਕਾਰ ਵਿੱਚ ਪੁਰਾਣੇ ਕਾਰਡਬੋਰਡ ਵਿੱਚੋਂ ਕੱਟੋ ਅਤੇ ਸਾਰਿਆਂ ਜੋੜਾਂ ਨੂੰ ਟੇਪ ਨਾਲ ਜੋੜ ਦਿਓ। ਹੁਣ ਇਹਨਾਂ ਨੂੰ ਡਾਇਗਨਲੀ ਪਕੜ ਕੇ ਸਾਧਾਰਨ ਜਿਹਾ ਪ੍ਰੈਸ ਕਰੋ ਤੇ ਛੱਡੋ। ਇਹਨਾਂ ਕਿਊਬਸ ਨੂੰ ਡਾਂਸ ਕਰਦੇ ਵੇਖੋ। ਇਹ ਕਿਊਬ ਸਾਰੇ ਹੀ ਇਕੱਠੇ ਨਾਚ ਪੇਸ਼ ਕਰਨਗੇ। ਇਹ ਖੁੱਲਣਗੇ ਤੇ ਬੰਦ ਹੋਣਗੇ। ਇਹ ਕਿਊਬਸ ਦਾ ਪਿਛਲਾ ਪਾਸਾ ਹੈ ਅਤੇ ਤੁਸੀਂ ਵੇਖ ਸਕਦੇ ਹੋ ਕਿ ਪੁਰਾਣੇ ਡੱਬਿਆਂ ਦੇ ਬਣੇ ਹਨ। ਇਹ ਕਿਊਬਸ ਬਹੁਤ ਵਧੀਆ ਨਾਚ ਪੇਸ਼ ਕਰਦੇ ਹਨ। ਚਕੋਰ ਜਿਹੜੇ ਖੋਖਲੇ ਹਨ ਉਹ ਰੋਮਬਸ ਬਣ ਜਾਣਗੇ। ਇਹ ਬਹੁਤ ਮਜ਼ੇਦਾਰ ਹੈ ਇਹਨਾਂ ਕਿਊਬਸ ਨੂੰ ਡਾਂਸ ਕਰਦੇ ਵੇਖਣਾ।